ਭੇਡਾਂ ਤੁਹਾਡੀਆਂ ਨੇ? ਕਿਹੜੀਆਂ ਜੀ? ਜਣੀਆਂ ਚਿੱਟੀਆਂ ਕੇ ਕਾਲੀਆਂ ਜੀ? ਇਹ ਵੀ ਕੋਈ ਫਰਕ ਹੈ? ਹਾਂਜੀ ਫਰਕ ਤਾਂ ਫਿਰ ਹੁੰਦਾ ਹੀ ਹੈ ਜੀ। ਅੱਛਾ ਅੱਛਾ, ਚਿੱਟੀਆਂ ਭੇਡਾਂ ਕੀ ਦੇਣ? ਚਿੱਟੀਆਂ ਤਾਂ ਮੇਰੀਆਂ ਜੀ। ਤੇ ਕਾਲੀਆਂ? ਕਾਲੀਆਂ ਉਹ ਵੀ ਹੈ ਤਾਂ ਮੇਰੀਆਂ ਹੀ ਹੈ ਜੀ, ਕਿਸੇ ਦੀਆਂ ਥੋੜੇ ਚਾਰ ਹੁੰਦੀਆਂ ਜੀ। ਅੱਛਾ ਜੀ, ਇਹ ਦੱਸੋ ਵੀ ਭੇਡਾਂ ਇੱਕ ਦਿਨ ਚ ਕਿੰਨਾ ਚਾਰਾ ਚੱਲ ਦਿੰਦੀਆਂ ਨੇ? ਚਾਰਾ ਜਾਣੀ ਕਿੰਨਾ ਪੁੱਛਦੇ? ਚਿੱਟੀਆਂ ਕਾਲੀਆਂ ਜੀ। ਚਿੱਟੀਆਂ ਦਾ ਦੱਸੋ ਕਿੰਨਾ ਚਾਰਾ ਚੱਲਦੀਆਂ? ਜਿਹੜੀਆਂ ਚਿੱਟੀਆਂ ਹੈ ਨਾ ਜੀ, ਚਿੱਟੀਆਂ ਦਾ ਤੁਸੀਂ ਜਾਣੀ ਹਿਸਾਬ ਲਾ ਲੋ ਜੀ, 12-13 ਕਿਲੋ ਚਰ ਲੈਂਦੀਆਂ ਦਿਹਾੜੀ ਦਾ। ਤੇ ਕਾਲੀਆਂ? ਉਹਨੇ ਜੀ 12-13 ਕਿਲੋ ਇਹ ਚਰ ਲੈਂਦੀਆਂ। ਇਹ ਦੱਸੋ ਵੀ ਦੁੱਧ ਕਿੰਨਾ ਕੁ ਦੇ ਦਿੰਦੀਆਂ? ਦੁੱਧ ਜਾਣੀ ਚਿੱਟੀਆਂ ਦਾ ਪੁੱਛਦੇ ਤੁਸੀਂ ਕਿ ਕਾਲੀਆਂ ਦਾ ਜੀ? ਚਿੱਟੀਆਂ ਕਿੰਨਾ ਦੁੱਧ ਦਿੰਦੀਆਂ? ਜਿਹੜੀ ਚਿੱਟੀਆਂ ਜੀ, ਇਹ ਤਾਂ ਤੁਸੀਂ ਹਿਸਾਬ ਲਾ ਲੋ ਜੀ, ਜਾਣੀ 8-10 ਕਿਲੋ ਦੁੱਧ ਚੋਲੀ ਦਾ ਜੀ। ਅੱਛਾ, ਤੇ ਕਾਲੀਆਂ? ਕਾਲੀਆਂ ਜਿਹੜੀਆਂ ਉਹ ਵੀ ਜੀ 8-10 ਕਿਲੋ ਜੀ। ਇਹ ਦੱਸੋ ਵੀ ਉਹਨ ਕਿੰਨੀ ਕੁ ਲੈ ਜਾਂਦੀ ਹੈ ਪੇਟ ਤੋਂ? ਤੁਸੀਂ ਹੁਣ ਕਾਲੀਆਂ ਦਾ ਪੁੱਛਦੇ ਕਿ ਚਿੱਟੀਆਂ ਦਾ ਜੀ? ਦੋਵਾਂ ਦੇ ਦੱਸ ਦਿਓ। ਹਿਸਾਬ ਅੱਡਾ ਡਿਆ ਨਾ ਜੀ, ਦੋਵਾਂ ਦਾ ਕਿੱਦਾਂ ਦੱਸ ਦਈਏ? ਤੁਸੀਂ ਚਿੱਟੀਆਂ ਦੀ ਦੱਸ ਦਿਓ ਕਿੰਨੀਆਂ? ਚਿੱਟੀਆਂ ਜਿਹੜੀਆਂ ਜੀ, ਇਹਨਾਂ ਤੋਂ ਤਾਂ ਜਾਣੀ ਆਪਾਂ 1.5-2 ਕਿਲੋ ਲਾ ਲਈ ਦੀ ਸ਼ੇਵ ਨੂੰ। ਅੱਛਾ, ਤੇ ਕਾਲੀਆਂ ਤੋਂ? ਕਾਲੀਆਂ ਤੋਂ 1.5-2 ਕਿਲੋ ਇਹਨਾਂ ਤੋਂ ਲੱਗ ਜਾਂਦੀ ਹੈ ਜੀ। ਮੈਨੂੰ ਸਮਝ ਨੀ ਆਉਂਦੀ, ਜੇ ਦੋਵਾਂ ਦਾ ਸਭ ਕੁਝ ਇੱਕੋ ਜਿਹਾ ਤੇ ਫਿਰ ਫਰਕ ਕੀ ਹੈ? ਫਰਕ ਤਾਂ ਫਿਰ ਹੁੰਦਾ ਹੀ ਹੈ ਜੀ, ਉਦਾਂ ਕਿੱਦਾਂ ਜੀ? ਫਿਰ ਕੀ ਫਰਕ ਹੈ? ਦੇਖੋ ਜੀ, ਪਹਿਲਾ ਫਰਕ ਤਾਂ ਇਹੀ ਆ ਕਿ ਉਹ ਚਿੱਟੀਆਂ ਤੇ ਉਹ ਕਾਲੀਆਂ ਜੀ, ਬਸ ਇਹੀ ਫਰਕ ਹੈ ਨਾ। ਹੋਰ ਫਰਕ ਇਹ ਹੈ ਕਿ ਜਿਹੜੀਆਂ ਚਿੱਟੀਆਂ ਨੇ ਜੀ, ਇਹ ਸਾਡੇ ਬਾਪੂ ਨੇ ਪਾਲੀਆਂ ਜੀ। ਅੱਛਾ, ਤੇ ਕਾਲੀਆਂ? ਕਾਲੀਆਂ ਜਿਹੜੀਆਂ ਪਾਲੀਆਂ ਤੋਂ ਵੀ ਬਾਪੂ ਨੇ। ਮੇਰਾ ਜੀ ਕਰਦਾ ਮੈਂ ਗੋਲੀ ਮਾਰ ਦਿੱਤੀਆਂ ਭੇਡਾਂ ਨੂੰ। ਕਿਹੜੀਆਂ ਨੂੰ ਜੀ? ਕਾਲੀਆਂ ਨੂੰ ਤੇ ਚਿੱਟੀਆਂ ਨੂੰ ਜੀ।